ਆਖਰੀ ਸਮਾਂ ਹੁਣ ਧਿਆਨ ਦੇਣ ਦਾ ਆ ਗਿਆ। ਜਿਹੜਾ ਇਹ ਬੁਲਾਰਾ ਹੈ ਇਹਦੇ ਗੁਣ ਬੇਸ਼ੱਕ ਨਾ ਗਾਇਓ। ਲੱਖਾ ਕੀ ਹੈ ਮੈਨੂੰ ਨੀ ਪਤਾ, ਪਰ ਲੱਖੇ ਦੀ ਜਿਹੜੀ ਵਿਚਾਰਧਾਰਾ ਮੈਨੂੰ ਪੈਰ ਕਰਤਾ ਉਹਨੇ। ਦਮਦਮਾ ਸਾਹਿਬ ਤੋਂ ਅੱਜ ਅਸੀਂ ਓਟ ਆਸਰਾ ਲੈ ਕੇ ਅਰਦਾਸ ਕਰਕੇ ਤੁਰੇ ਹਾਂ, ਸਿਰ ਤੇ ਕਫਨ ਬੰਨ ਕੇ ਤੁਰੇ ਹਾਂ ਕਿ ਜਿੰਦ ਜਾਨ ਵੀ ਇਸ ਪੰਜਾਬ ਦੇ ਲੇਖੇ ਆ। ਬਹੁਤ ਬੰਦੇ ਮੇਰੇ ਖਿਲਾਫ਼ ਬੈਠ ਕੇ ਫੇਸਬੁੱਕ ਕਰਦੇ ਬੋਲਦੇ ਆ, ਸੋ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਮੈਂ ਪੂਰੇ ਪੰਜਾਬ 'ਚ ਆਉਣਾ, ਪੂਰੇ ਪੰਜਾਬ ਦੇ ਹਰ ਪਿੰਡ, ਹਰ ਕਸਬੇ, ਹਰ ਸ਼ਹਿਰ 'ਚ ਜਾਣਾ, ਹਰ ਸੱਤ 'ਚ ਜਾਣਾ, ਹਰ ਗੁਰੂ ਘਰ 'ਚ ਜਾਣਾ। ਆ ਜਾਓ ਬਈ, ਜਿਹੜਾ ਮਰਜ਼ੀ ਸਵਾਲ ਜੀ ਆਇਆ ਨੂੰ ਉਹ ਅੰਤ ਕੀ ਕਰਦਾ ਰਿਹਾ, ਸੱਥਾ ਕਾ ਹੀ ਬੋਲਦਾ ਰਿਹਾ ਨਾ ਬਾਈ, ਪਿੰਡਾਂ ਦੇ ਬੋਲਦਾ ਰਿਹਾ। ਆਹੀ ਕੁਛ ਸੀ ਨਾ, ਮੈਂ ਤੁਹਾਡਾ ਪੁੱਤ ਹੈ, ਮੈਂ ਤੁਹਾਡਾ ਭਰਾ ਹੈ, ਮੈਂ ਤੁਹਾਡਾ ਚਾਚਾ, ਮੈਂ ਤੁਹਾਡਾ ਬਾਈ ਹਾਂ, ਮੈਂ ਤੁਹਾਡਾ। ਅੱਜ ਕੱਲ ਕਿੱਥੇ ਖੜੀ ਆ, ਭੈਣਾਂ ਰੋਂਦੀਆਂ ਦੇਖਦੇ ਆ ਆਪਣੇ ਨੌਜਵਾਨ ਭਰਾਵਾਂ ਦੇ, ਜਿਹੜੇ ਵਿਚਾਰੇ ਭਰ ਜਵਾਨੀ 'ਚ ਮਰ ਗਏ ਚੱਟਿਆਂ ਦੇ ਨਾਲ, ਉਹਨਾਂ ਦੇ ਸਿਹਰੇ ਬੰਨੇ ਦੇਖਦੇ ਆ। ਕੋਈ 18 ਸਾਲ ਦਾ, ਕੋਈ 20 ਸਾਲ ਦਾ, ਇਹ ਬਹੁਤ ਵੱਡਾ ਕਲੰਕ ਹੈ, ਤੋੜ ਹੈ, ਜੋ ਚਿੱਟੇ ਦਾ ਜਾਂ ਹੋਰ ਨਸ਼ਿਆਂ ਦਾ ਦੌਰ ਹੈ। ਮੈਂ ਸੱਪ ਦੀ ਸਿਰੀ 'ਤੇ ਪੈਰ ਰੱਖਿਆ। ਸੱਪ ਕੌਣ ਹੈ? ਜਿਹੜਾ ਕੋਬਰਾ ਜਿਹੜਾ ਸਾਰਿਆਂ ਨੂੰ ਡੰਗ ਦੇਣਾ ਚਾਹੁੰਦਾ ਹੈ, ਉਹ RSS ਦੀ ਵਿਚਾਰਧਾਰਾ ਉਹਨਾਂ ਦੇ ਸਕੂਲ 'ਚ ਵਗ ਗਿਆ। ਜਿਵੇਂ ਆਪਾਂ ਨਗਰ ਕੀਰਤਨ ਜਾਂਦੇ ਹਾਂ, 5 ਪਿੰਡਾਂ ਤੱਕ ਜਾਣਾ, ਆਖਰੀ ਸਮਾਂ ਹੁਣ ਧਿਆਨ ਦੇਣ ਦਾ ਆ ਗਿਆ। ਜਿਹੜਾ ਇਹ ਬੁਲਾਰਾ ਹੈ ਇਹਦੇ ਗੁਣ ਬੇਸ਼ੱਕ ਨਾ ਗਾਇਓ। ਲੱਖਾ ਕੀ ਹੈ ਮੈਨੂੰ ਨਹੀਂ ਪਤਾ, ਪਰ ਲੱਖੇ ਦੀ ਜਿਹੜੀ ਵਿਚਾਰਧਾਰਾ ਮੈਨੂੰ ਕੈਦ ਕਰਤਾ ਉਹਨੇ। ਮੈਨੂੰ ਡਾਕਟਰ ਨੇ ਮਨਾ ਕੀਤਾ ਸੀ, ਪਰ 12 ਦਿਨ ਮੈਂ 2 ਦਿਨ ਛੱਡ ਕੇ, ਇੱਕ ਦਿਨ ਚੰਡੀਗੜ੍ਹ ਜਾਣਾ, ਇੱਕ ਦਿਨ ਹੋਰ ਕੰਮ ਹੈ, ਬਾਕੀ 10 ਦਿਨ ਮੈਂ ਉੱਥੋਂ ਚੱਲਿਆ ਗੁਰੂ ਆਨੰਦਪੁਰ ਤੋਂ, ਸਾਰੇ ਪਿੰਡਾਂ 'ਚ ਮੂਹਰੇ ਚੌਕੀਦਾਰਾ ਕਰੂੰਗਾ। ਜੇ ਮੈਂ ਕਰ ਸਕਦਾ ਜਾਂ ਤੁਸੀਂ ਵੀ ਕਰੋ, ਆਓ ਜੀ ਲੱਖਾਂ ਸਧਾਰਾਂ ਦੀ, ਦੱਸੋ ਪੰਜਾਬ ਕੀ ਹੈ, ਪੰਜਾਬੀਅਤ ਕੀ ਹੈ, ਤੁਹਾਡੇ ਨਰਵਸ ਸਿਸਟਮ 'ਚੋਂ ਫੁੱਟਫੁੱਟ ਨਿਕਲਦੀ ਹੈ ਇਹ ਗੱਲ। ਬੋਲੋ ਸੋ ਨਿਹਾਲ, ਸ੍ਰੀ ਅਕਾਲ, ਬੋਲੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਸ਼ਣ ਨਹੀਂ ਦੇਣ ਆਏ ਅਸੀਂ, ਰਾਤ ਨੂੰ ਤੁਹਾਡੇ ਪਿੰਡ 'ਚ ਹੀ ਠਹਿਰਨਾ, ਧੂਈਂ ਪਾ ਲਿਓ, ਪ੍ਰਸ਼ਾਦੇ ਛਕਾ ਦਿਓ, ਪੈਣ ਦਾ ਪ੍ਰਬੰਧ ਸਾਡੇ ਕੋਲ ਆਪਣੀਆਂ ਟਰਾਲੀਆਂ 'ਚ ਹੈਗਾ। ਅੱਜ ਪੜਾਅ ਸਾਡਾ ਇਹ ਯਾਤਰਾ ਦਾ ਤੁਹਾਡੇ ਪਿੰਡ ਹੀ ਰੁਕਣ ਵਾਲਾ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਦਮਦਮਾ ਸਾਹਿਬ ਤੋਂ ਅੱਜ ਅਸੀਂ ਓਟ ਆਸਰਾ ਲੈ ਕੇ ਅਰਦਾਸ ਕਰਕੇ ਤੁਰੇ ਹਾਂ, ਸਿਰ ਤੇ ਕਫਨ ਬੰਨ ਕੇ ਤੁਰੇ ਹਾਂ ਕਿ ਜਿੰਦ ਜਾਨ ਵੀ ਇਸ ਪੰਜਾਬ ਦੇ ਲੇਖੇ ਆ। ਅਸੀਂ ਆਪਣੀ ਯਾਤਰਾ ਦਾ ਨਾਂ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਕਿਉਂ ਰੱਖਿਆ? ਬਹੁਤਿਆਂ ਨੂੰ ਲੱਗਦਾ ਹੋਣਾ ਕਿ ਕੀ ਹੋਇਆ ਪੰਜਾਬ ਨੂੰ, ਕੀ ਹੋਇਆ ਪੰਜਾਬੀਅਤ ਨੂੰ। ਸਾਡੇ ਕੋਲ 2 ਮਾਇਕ ਨੇ, ਇੱਕ ਮਾਇਕ ਮੇਰੇ ਕੋਲ ਹੈ, ਦੂਜਾ ਮਾਇਕ ਭਾਨੇ ਦੇ ਕੋਲ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਕੁਛ ਕਹੀਏ ਕੁਛ ਸੁਣੀਏ,
ਅਸੀਂ ਸੁਣਨ ਵੀ ਆਏ ਹਾਂ, ਸੁਣਾਉਣ ਵੀ ਆਏ ਹਾਂ, ਸੰਵਾਦ ਰਚਾਉਣ ਆਏ ਹਾਂ, ਗੱਲਾਂ ਵਿਚਾਰਾਂ ਦੀ ਸਾਂਝ ਪਾਉਣ ਆਏ ਹਾਂ, ਸੁਣਾ ਕੇ ਨਹੀਂ ਜਾਣਾ। ਸਾਡੇ ਜਾਣ ਤੋਂ ਬਾਅਦ ਕੱਲ੍ਹ ਨੂੰ ਬੈਠ ਕੇ ਖੁੰਡਾਂ 'ਤੇ ਸੱਥਾਂ 'ਚ ਉਂਗਲਾਂ ਭੰਨੀ ਜਾਓਗੇ, ਯਾਰ ਐਂ ਸੀ, ਯਾਰ ਐਂ ਸੀ, ਆਹ ਗੱਲ ਪੁੱਛਣੀ ਸੀ, ਆਹ ਪੁੱਛਣੀ ਸੀ, ਬਾਈ ਤੁਹਾਡੇ ਵਰਗੇ ਹਾਂ। ਕੋਈ ਗੁੱਸਾ ਨਹੀਂ, ਕੋਈ ਕਰਾਂਗੇ, ਕੋਈ ਗਿਲਾ ਨਹੀਂ ਕਰਾਂਗੇ। ਜਿਹੜਾ ਵੀ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਸਵਾਲ ਆਉਂਦਾ, ਪੁੱਛ ਲਿਓ ਬਾਈ ਬਣ ਕੇ। ਕਿਉਂਕਿ ਜੋ ਮੈਂ ਸਮਝਦਾ ਜਾਂ ਹੁਣ ਤੱਕ ਮੈਂ ਸਮਝਿਆ ਕਿ ਅਸੀਂ ਹਮੇਸ਼ਾ ਉਲਟ ਸੋਚਦਾ। ਮੈਂ ਕਹਿੰਦਾ ਇਹ ਪੰਜਾਬ ਦੇ ਮਸਲੇ ਦਾ ਹੱਲ ਜਦੋਂ ਵੀ ਨਿਕਲੂਗਾ ਲੋਕਾਂ ਕੋਲੋਂ ਨਿਕਲੂਗਾ, ਇਹ ਮਸਲੇ ਦਾ ਹੱਲ ਪੰਜਾਬ ਦੇ ਲੋਕ ਕਰਨਗੇ। ਸੋ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੱਖ ਵੱਖ ਧਿਰਾਂ ਦੇ ਨਾਲ ਵੱਖ ਵੱਖ ਵਿਚਾਰਧਾਰਾ ਦੇ ਲੋਕ ਇੱਥੇ ਖੜੇ ਹੋ। ਕੋਈ ਬਾਦਲ ਧਿਰ ਨਾਲ ਜੁੜਿਆ ਹੋਣਾ, ਕੋਈ ਕਾਂਗਰਸ ਨਾਲ ਜੁੜਿਆ ਹੋਣਾ, ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਣਾ, ਕੋਈ ਕਮਿਊਨਿਟੀ ਨਾਲ ਜੁੜਿਆ ਹੋਣਾ, ਕੋਈ ਕਿਸੇ ਹੋਰ ਧਿਰ ਨਾਲ ਜੁੜਿਆ ਹੋਣਾ। ਮੈਂ ਕਹਿੰਦਾ ਜਿਹੋ ਜਿਹਾ ਵੀ ਸਵਾਲ ਮਨ ਚ ਆਊਗਾ ਮੇਰਾ ਵੀਰ, ਆਪਣੀ ਆਦਤ ਇਹ ਪੈਗੀ ਕਿ ਆਪਾਂ ਬੁੱਕਲ ਜੀ ਮਾਰ ਕੇ ਦੂਰ ਕੰਧ ਜੀ ਨਾਲ ਲਾ ਕੇ ਖੜੇ ਰਹਿੰਦੇ ਹਾਂ ਤੇ ਮਗਰੋਂ ਜਾਣ ਤੋਂ ਬਾਅਦ ਨੁਕਤਾਚੀਨੀ ਕਰਦੇ ਹੁੰਦੇ ਆ। ਬਹੁਤ ਵਾਰੀ ਇਹ ਸਵਾਲ ਆਇਆ ਕਿ ਲੱਖਾਂ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦਾ। ਬਹੁਤ ਬੰਦੇ ਮੇਰੇ ਖਿਲਾਫ਼ ਬੈਠ ਕੇ ਫੇਸਬੁੱਕਾਂ ਤੇ ਬੋਲਦੇ ਆ। ਸੋ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਮੈਂ ਪੂਰੇ ਪੰਜਾਬ 'ਚ ਆਉਣਾ, ਪੂਰੇ ਪੰਜਾਬ ਦੇ ਹਰ ਪਿੰਡ, ਹਰ ਕਸਬੇ, ਹਰ ਸ਼ਹਿਰ 'ਚ ਜਾਣਾ, ਹਰ ਸੱਥ 'ਚ ਜਾਣਾ, ਹਰ ਗੁਰੂ ਘਰ 'ਚ ਜਾਣਾ। ਆ ਜਾਓ ਬਾਈ, ਜਿਹੜਾ ਮਰਜ਼ੀ ਸਵਾਲ ਜੀ ਆਇਆ ਨੂੰ। ਪਰ ਸਵਾਲ ਇਹ ਨਹੀਂ ਹੋਣੇ ਚਾਹੀਦੇ ਕਿ ਕੋਈ ਉੱਠੇ, ਕੋਈ ਸ਼ਰਾਬ ਪੀਤੀ ਹੈ ਬੰਦੇ ਦੀ, ਦਾਰੂ ਪੀਤੀ ਹੈ, ਕਈ ਵਾਰੀ ਨਿੱਜੀ ਕੋਈ ਬੰਦੇ ਸਿਆਸੀ ਧਰਾਣੇ ਛੱਡ ਦਿੰਦੇ ਹੈ, ਉਵੇਂ ਨਹੀਂ। ਸਵਾਲ ਹੋਣਾ ਚਾਹੀਦਾ ਪੰਜਾਬ ਪ੍ਰਸਤ, ਪੰਜਾਬ ਦੇ ਮੁੱਦਿਆਂ ਨੂੰ ਲੈ ਕੇ। ਕੋਈ ਮੇਰੀ ਨਿੱਜੀ ਜ਼ਿੰਦਗੀ ਬਾਰੇ ਪੁੱਛਣਾ ਜੋ ਮਰਜ਼ੀ ਪੁੱਛੋ, ਮੇਰੀ ਜ਼ਿੰਦਗੀ ਖੁੱਲ੍ਹੀ ਕਿਤਾਬ ਦੀ ਤਰ੍ਹਾਂ, ਮੈਂ ਕੱਖ ਨਹੀਂ ਲੁਕੋ ਕੇ ਰੱਖਿਆ। ਬਹੁਤ ਸਾਰੀਆਂ ਤੁਸੀਂ ਮੇਰੀਆਂ ਇੰਟਰਵਿਊ ਸੁਣੀਆਂ ਹੋਣੀਆਂ ਨੇ, ਮੇਰਾ ਭਾਸ਼ਣ ਸੁਣਿਆ ਹੋਣਾ। ਮੈਂ ਕਦੇ ਕੱਖ ਨਹੀਂ ਲੁਕੋਇਆ ਆਪਣੀ ਜ਼ਿੰਦਗੀ ਬਾਰੇ, ਜੋ ਮੈਂ ਸੀ, ਜੋ ਮੇਰਾ ਬੀਤਿਆ ਹੋਇਆ ਕੱਲ੍ਹ ਸੀ, ਜੋ ਮੈਂ ਅੱਜ ਹਾਂ, ਜੋ ਮੈਂ ਆਉਣ ਵਾਲਾ, ਮੈਂ ਕਦੇ ਕੱਖ ਨਹੀਂ ਲੁਕੋਇਆ। ਸੋ ਮੈਂ ਫਿਰ ਵੀ ਤੁਹਾਨੂੰ ਬਾਈ ਬੇਨਤੀ ਕਰਦਾ ਸਾਰਿਆਂ ਨੂੰ, ਕਿਸੇ ਪ੍ਰਕਾਰ ਦਾ ਸਵਾਲ ਹੈਗਾ ਤਾਂ ਜ਼ਰੂਰ ਮੇਰਾ ਵੀਰ ਕਰੋ, ਅਤੇ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਕਰਦਾ, ਪਹਿਲਾਂ ਮੈਨੂੰ ਜਵਾਬ ਦੇ ਦਿਓ, ਬੋਲਣ ਦਾ ਜਿਗਰਾ ਰੱਖਿਆ ਕਰਕੇ। ਮੈਂ ਸਮੱਸਿਆਵਾਂ ਦੱਸਣ ਲੱਗਿਆ ਪੰਜਾਬ ਦੀਆਂ ਕੀ ਨੇ। ਰੋਜ਼ ਆਪਾਂ ਪੰਜਾਬ ਦੀਆਂ ਮਾਵਾਂ ਬਿਲਕਦੀਆਂ ਦੇਖਦੇ ਹਾਂ, ਭੈਣਾਂ ਰੋਂਦੀਆਂ ਦੇਖਦੇ ਹਾਂ, ਆਪਣੇ ਨੌਜਵਾਨ ਭਰਾਵਾਂ ਦੇ ਜਿਹੜੇ ਵਿਚਾਰੇ ਭਰ ਜਵਾਨੀ 'ਚ ਮਰ ਗਏ ਚੱਟਿਆਂ ਦੇ ਨਾਲ, ਉਹਨਾਂ ਦੇ ਸਿਹਰੇ ਬੰਨੇ ਦੇਖਦੇ ਹਾਂ। ਕੋਈ 18 ਸਾਲ ਦਾ, ਕੋਈ 20 ਸਾਲ ਦਾ, ਇਹ ਬਹੁਤ ਵੱਡਾ ਕਲੰਕ ਹੈ, ਕੋਹੜ ਹੈ, ਜੋ ਚਿੱਟੇ ਦਾ ਜਾਂ ਹੋਰ ਨਸ਼ਿਆਂ ਦਾ ਦੌਰ ਹੈ, ਇਹ ਬਹੁਤ ਵੱਡੀ ਸਮੱਸਿਆ, ਜਿਵੇਂ ਸਾਡੀ ਪੰਜਾਬ ਦੀ ਜਵਾਨੀ ਅੱਜ ਮਰ ਰਹੀ ਹੈ। ਇਹ ਕਦੇ ਕਿਸੇ ਨੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਸੌਂ ਖਾਧੀਆਂ, ਕਿਸੇ ਨੇ 4 ਹਫ਼ਤਿਆਂ 'ਚ ਖਤਮ ਕਰਨ ਦੀ ਗੱਲ ਕੀਤੀ, ਪਰ ਅੱਜ ਤੱਕ ਨਹੀਂ ਹੋਇਆ। ਇਹ ਇੱਕ ਸਵਾਲ ਹੈ, ਅਤੇ ਮੇਰਾ ਤੁਹਾਡੇ ਕੋਲ ਇਹ ਸਵਾਲ ਹੈ ਇਸ ਮਸਲੇ ਨੂੰ ਲੈ ਕੇ ਕਿ ਚਿੱਟੇ ਦਾ ਹੱਲ ਹੋਊਗਾ ਤਾਂ ਹੋਊਗਾ ਕਿਵੇਂ, ਦੱਸੋ ਜੀ। ਪਿੰਡ ਵਾਲਿਓ ਬਾਈ, ਨੇੜੇ ਵਾਲੇ ਪਿੰਡ ਵਾਲਿਓ, ਮਹਿਕਦੇ ਬਾਈ ਨੂੰ ਬਾਈ ਖੜਾ ਹੋ ਕੇ ਨਾ ਵਧੀਆ ਤਰੀਕੇ ਬੋਲੋ, ਸੰਵਾਦ ਕਰਨ ਆਏ ਆ ਬਾਈ, ਗੱਲਾਂ ਕਰਨ ਆਏ ਆ, ਘੱਟ ਸਮੇਂ ਦੇ ਵਿੱਚ ਪੂਰਾ ਉਹਦਾ ਸਵਾਲ ਨਾ ਝੱਕੋ ਨਾ ਬਾਈ, ਹਰ ਇੱਕ ਨੌਜਵਾਨ ਲੱਖਾ ਬਾਈ ਤੁਹਾਡੇ ਵਰਗੇ। ਪਹਿਲਾਂ ਬਾਈ ਲੱਖਾ ਸਧਾਣਾ, ਬਾਈ ਆਪਣਾ ਜੀ,
ਤੇ ਬਾਈ ਦੀਪ ਰੰਧਾਵਾ ਜੀ ਤੇ ਬਾਕੀ ਤੁਹਾਡੀ ਸਾਰੀ ਟੀਮ ਦਾ ਜੋ ਸਾਡੀ ਧਰਤੀ ਦੇ ਪਿੰਡ ਲੇਲਿਆਂ 'ਚ ਪੁੱਜੋ ਸਾਰਿਆਂ ਨੂੰ ਬੈਠਾ ਤੁਹਾਡਾ ਬਹੁਤ ਧੰਨਵਾਦ ਬਾਈ ਜੀ ਜੋ ਧਰਤਰੀ ਦਮਦਮਾ ਸਾਹਿਬ ਤੋਂ ਤੁਸੀਂ ਪਹਿਲਾਂ ਆਪਣਾ ਸਾਡੇ ਪਿੰਡ ਵਿੱਚ ਪੁੱਜੇ ਹੋ ਇਸ ਵਾਸਤੇ ਤੁਹਾਡਾ ਬਹੁਤ 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 ਧੰਨਵਾਦ ਕੀਤਾ ਕਿਉਂਕਿ ਆਪਦੇ ਖਾਤਰ ਨਹੀਂ ਤੁਸੀਂ ਬਾਈ ਲੜਦੇ ਆਪਣੀ ਜਿਹੜੀ ਸਾਰਿਆਂ ਦੀ ਵੀ ਸਾਡੇ ਪਿੰਡ ਵਿੱਚ ਦੀ ਲਾ ਲਓ ਪੰਜਾਬ ਦੀ ਲਾ ਲਓ ਸਾਰਿਆਂ ਲਈ ਮਾਂ ਬੋਲੀ ਲਈ ਤੁਸੀਂ ਲੜ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਵੀ ਹੱਕ ਬਣਦਾ ਤੁਹਾਡਾ ਸਾਥ ਦੇਣ ਦਾ ਵੀ ਮੰਨ ਲਓ ਵੀ ਹੁਣ ਤੁਸੀਂ ਬਾਈ ਨੇ ਕਿਹਾ ਸੀਗਾ ਵੀ ਚਿੱਟਾ ਕਿਵੇਂ ਖਤਮ ਹੋਊਗਾ ਮੈਂ ਵੀ ਇਸ ਮੈਨੂੰ ਸਾਰੇ ਪਿੰਡ ਜਾਣਦੀ ਹੈ ਕੁੱਲ ਮਿਲਾ ਕੇ ਵੀ ਮੈਂ ਵੀ ਇਸ ਦੌਰ 'ਚ ਲੰਘਿਆ ਵੀ ਸਾਰਿਆਂ ਨੂੰ ਪਹਿਲਾਂ ਬਾਈ ਸਾਡਾ ਫਰਜ਼ ਬਣਦਾ ਤੁਹਾਡਾ ਸਾਥ ਦੇਣ ਦਾ ਜੇ ਅਸੀਂ ਵੀ ਫਿਰ ਗਏ ਸਾਡੇ ਕੋਈ ਛਾਤੀ ਪਾੜ ਕੇ ਥੋੜੀ ਤੁਹਾਨੂੰ ਦਿਖਾ ਸਕਦੇ ਆ ਕਿ ਅਸੀਂ ਕੌਣ ਅਸੀਂ ਵੀ ਫਿਰ ਗਏ ਸਾਨੂੰ ਪਤਾ ਬਾਈ ਨਹੀਂ ਬਹੁਤ ਵਾਰੀ ਫਰਕ ਮੈਂ ਐਵੇਂ ਮੈਂ ਤੁਹਾਨੂੰ ਜਿਹੜੀ ਮੈਂ ਗੱਲ ਪਹਿਲਾਂ ਕਹੀ ਹੈ ਛੋਟੇ ਵੀਰ ਕਿ ਮਸਲਿਆਂ ਦੇ ਹੱਲ ਪੰਜਾਬ ਦੇ ਲੋਕ ਕਰਨਗੇ ਸਿਆਸਤਦਾਨ ਨਹੀਂ ਮੈਂ ਇੱਕ ਇਹ ਤੈਨੂੰ ਸਵਾਲ ਪੁੱਛਿਆ ਆਪਾਂ ਕੀ ਕਰਦੇ ਹਾਂ ਮੇਰੇ ਵਰਗਾ ਆਇਆ ਐ ਪਿੰਡਾਂ 'ਚ ਇਕੱਠ ਕੀਤਾ ਯਾਤਰਾ ਤੋਰ ਲਈ ਲੋਕਾਂ ਨੂੰ ਜਜ਼ਬਾਤਾਂ 'ਚ ਬਹਿਕਾਤਾ ਬਹਿਕਾਵੇ 'ਚ ਲੈ ਕੇ ਵੋਟਾਂ ਲੈ ਕੇ ਉਹ ਅੰਤ ਕੀ ਕਰਦਾ ਰਿਹਾ ਸੱਥਾ ਕਹੀ ਬੋਲਦਾ ਰਿਹਾ ਨਾ ਬਾਈ ਪਿੰਡਾਂ ਦੇ ਆਹੀ ਕੁਛ ਸੀ ਨਾ ਮੈਂ ਤੁਹਾਡਾ ਪੁੱਤ ਹੈ ਮੈਂ ਤੁਹਾਡਾ ਭਰਾ ਹੈ ਮੈਂ ਤੁਹਾਡਾ ਚਾਚਾ ਹੈ ਮੈਂ ਤੁਹਾਡਾ ਬਾਈ ਹਾਂ ਮੈਂ ਤੁਹਾਡਾ ਅੱਜ ਕੱਲ੍ਹ ਕਿੱਥੇ ਖੜੀ ਆ ਅਸੀਂ ਇੱਕ ਤੋਂ ਧੋਖੇ ਨਹੀਂ ਖਾਧੇ ਇਹਦੇ ਪਿੱਛੇ ਚਲੇ ਜਾਓ ਕਿੰਨਿਆਂ ਨੇ ਇੱਥੇ ਸੌ ਚੱਕੀਆਂ ਮਿੱਟੀਆਂ ਦੀਆਂ ਮੱਥੇ ਨੂੰ ਲਾਈਆਂ ਕਿੰਨਿਆਂ ਨੇ ਇੱਥੇ ਸੌ ਹੋਰ ਖਾਧੀਆਂ ਕਿੰਨੇ ਪੰਜਾਬ ਨੂੰ ਬਚਾਉਣ ਲਈ ਆਏ ਪਰ ਹਰ ਵਾਰੀ ਠੱਗੇ ਲੋਕ ਹੀ ਗਏ ਆ ਸੋ ਮੈਂ ਜਿਹੜੀ ਗੱਲ ਕਹਿਣ ਆਇਆ ਤੁਹਾਡੇ ਕੋਲ ਮੈਂ ਇੱਕ ਪਹਿਲਾਂ ਤੁਸੀਂ ਮੈਨੂੰ ਸੁਣਦੇ ਰਹਿੰਦੇ ਹੋ ਸੋਸ਼ਲ ਮੀਡੀਆ 'ਤੇ ਮੇਰਾ ਪ੍ਰਚਾਰ ਮੇਰੀਆਂ ਗੱਲਾਂ ਬਾਤਾਂ ਮੈਂ ਜਿਹੜੀ ਗੱਲ ਸੁਣਨਾ ਅੱਜ ਮਿਲ ਕੇ ਕਰਨ ਆਇਆ ਨਾ ਜਿੰਨਾ ਚਿਰ ਆਪਾਂ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਗੱਲ ਕਰਦੇ ਸੰਵਾਦ ਨਹੀਂ ਕਰਦੇ ਨਾ ਇੱਕ ਦੂਜੇ ਦੇ ਨਾਲ ਵਿਚਾਰਾਂ ਦੀ ਸਾਂਝ ਨਹੀਂ ਪੈਂਦੀ ਉਹ ਗੱਲਾਂ ਹੋਰ ਹੁੰਦੀਆਂ ਨੇ ਦੂਰੋਂ ਦੇਖਿਆ ਬੰਦਾ ਹੋਰ ਹੁੰਦਾ ਅੱਜ ਤੁਸੀਂ ਦੇਖਿਆ ਹੋਣਾ ਮੈਂ ਪੰਜਾਬੀ ਮਾਂ ਬੋਲੀ ਦੀ ਲੜਾਈ ਪਿਛਲੇ 16 ਤੋਂ ਲੈ ਕੇ ਅੱਜ 7-8 ਸਾਲ ਹੋ ਗਏ ਮੈਨੂੰ ਲੜਦੇ ਮੈਂ ਸੱਪ ਦੀ ਸਿਰੀ 'ਤੇ ਪੈਰ ਰੱਖਿਆ ਸੱਪ ਕੌਣ ਹੈ ਜਿਹੜਾ ਕੋਬਰਾ ਜਿਹੜਾ ਸਾਰਿਆਂ ਨੂੰ ਡੰਗ ਦੇਣਾ ਚਾਹੁੰਦਾ ਹੈ ਉਹ RSS ਦੀ ਵਿਚਾਰਧਾਰਾ ਉਹਨਾਂ ਨੇ ਸਕੂਲ 'ਚ ਵਗ ਗਿਆ ਤੂੰ ਸਾਰਿਆਂ ਨੂੰ ਦੇਖਿਆ ਹੈਂਡਗਵਾਰ ਦੀ ਫੋਟੋ ਲੱਗੀ ਗੋਲਵਾਲਕਰ ਦੀ ਫੋਟੋ ਲੱਗੀ ਜੋ ਪੂਰੇ ਦੇਸ਼ ਨੂੰ ਇੱਕ ਰੰਗ 'ਚ ਰੰਗਣ ਦੀ ਕੋਸ਼ਿਸ਼ ਕਰ ਰਹੇ ਇੱਕ ਬੋਲੀ ਇੱਕ ਦੇਸ਼ ਦੀ ਗੱਲ ਹੋ ਰਹੀ ਹੈ ਮੈਂ ਸਾਰਾ ਦੱਖਣ ਗਾ ਕੇ ਆਇਆ ਆ ਸਾਡੇ ਸਾਰੀ ਟੀਮ ਗਈ ਕੇਰਲਾ ਤੋਂ ਲੈ ਕੇ ਤਾਮਿਲਨਾਡੂ ਕਰਨਾਟਕਾ ਆਂਧਰਾ ਪ੍ਰਦੇਸ਼ ਤੇਲੰਗਾਨਾ ਬੰਗਾਲ ਅਸੀਂ ਸਾਰੇ ਸੂਬਿਆਂ ਜਾ ਕੇ ਆਏ ਹਾਂ ਆਪਣੇ ਲੋਕਾਂ ਨੂੰ ਸ਼ੀਸ਼ਾ ਦਿਖਾਇਆ ਕਿ ਦੇਖੋ ਯਾਰ ਇਹ ਲੋਕ ਨੇ ਜਿਹੜੇ ਆਪਣੀ ਬੋਲੀ ਨੂੰ ਲੈ ਕੇ ਆਪਣੇ ਵਿਰਸੇ ਨੂੰ ਲੈ ਕੇ ਆਪਣੀ ਧਰਤੀ ਨੂੰ ਲੈ ਕੇ ਕਿੰਨੇ ਸਮਰਪਿਤ ਨੇ ਇਹ ਲੋਕ ਸਾਡੇ ਸਮਝ ਨਹੀਂ ਆ ਸਾਨੂੰ ਨਹੀਂ ਸਮਝ ਹੈਗੀ ਅਗਲਿਆਂ ਨੇ 500 ਪੁਲਿਸ ਵਾਲਾ ਭੇਜਿਆ ਸੀ ਮੈਨੂੰ ਫੜਨ ਤੋਂ ਆਜ਼ਾਦ ਹੋਣਾ ਜਿੱਦੇ ਮੈਨੂੰ ਸਕੂਲ ਕੋਲੋਂ ਚੱਕਿਆ ਬ੍ਰਾਹਮਣਿਓਂ ਮੈਂ ਇਕੱਲਾ ਬੰਦਾ 500 ਬੰਦਾ ਫੜਨ ਆਇਆ ਪੁਲਿਸ ਵਾਲਾ ਅਗਲਿਆਂ ਦੀ ਇੰਨੀ ਪਹੁੰਚ ਆ ਪਾਵਰ ਹੈ ਦਿੱਲੀ ਬੈਠੇ ਫੋਨ ਮਾਰਦੇ ਫਲਾਨਾ ਬੰਦਾ ਖਰਾਬ ਕਰਦਾ ਚੱਕ ਲਓ
ਉਸਦਾ ਕੱਲ ਨੂੰ ਜਿਵੇਂ ਅਸੀਂ ਉੱਥੇ ਹੀ ਮੈਂ ਗੱਲ ਕਹਿ ਕੇ ਆਇਆ, ਉਸਦਾ ਕੱਲ ਨੂੰ ਸਾਡੀ ਯਾਤਰਾ ਨੂੰ ਰੋਕ ਦਿੱਤਾ ਜਾਵੇ, ਕੋਈ ਖੱਲ ਪਾ ਦਿੱਤਾ ਜਾਵੇ, ਕੋਈ ਬੰਦੇ ਵਿੱਚੋਂ ਹਜੇ ਮਾਰ ਦਿੱਤੇ ਜਾਣ, ਕੋਈ ਹਮਲਾ ਕਰ ਦਿੱਤਾ ਜਾਵੇ, ਕੋਈ ਝੂਠਾ ਮੁਕੱਦਮਾ ਮਾਰ ਕੇ ਜੇਲ੍ਹ ਸਿਰ ਦਿੱਤਾ ਜਾਵੇ। ਅੱਜ ਖਹਿਰੇ ਦਾ ਕੀ ਹੋਇਆ? ਸਪਾਲ ਸਿੰਘ ਖਹਿਰਾ 4 ਮਹੀਨਿਆਂ ਤੋਂ ਬੰਦ ਹੈ, ਪਹਿਲਾਂ ਝੂਠਾ ਮੁਕੱਦਮਾ ਚੱਕ ਕੇ ਅੰਦਰ, ਜਦੋਂ ਜ਼ਮਾਨਤ ਹੋਈ ਨਾਲ ਇੱਕ ਮੁਕੱਦਮਾ ਹੋਰ ਕਰਤਾ, ਕਹਿੰਦੇ ਜੀ ਇਹਦਾ ਗਵਾਹਾਂ ਨੂੰ ਡਰਾਉਂਦਾ ਧਮਕਾਉਂਦਾ ਸੀ।